ਕਿਸੇ ਪਿੰਡ ਦਾ ਇੱਕ ਸਾਦਾ ਬੰਦਾ ਸੀ ਉਹ ਮਸਜਿਦ ਗਿਆ ਜੁਮੇ ਦੀ ਨਮਾਜ਼ ਪੜਨ ਤੁਹਾਨੂੰ ਪਤਾ ਪਿੰਡਾਂ ਦੇ ਜਿਹੜੇ ਸਾਦੇ ਬੰਦੇ ਨੇ ਉਹ ਆਮ ਤੌਰ ਤੇ ਨਮਾਜ਼ ਰੋਜ਼ੇ ਦੀ ਬਹੁਤ ਜ਼ਿਆਦਾ ਪਾਬੰਦੀ ਨਹੀਂ ਕਰਦੇ ਉਹ ਜਿਸ ਟਾਈਮ ਜੁਮੇ ਦੀ ਨਮਾਜ਼ ਪੜਨ ਵਾਸਤੇ ਮਸਜਿਦ ਗਿਆ ਤੇ ਮੌਲਵੀ ਸਾਹਿਬ ਜੁਮੇ ਦਾ ਖੁਤਬਾ ਦੇ ਰਹੇ ਸਨ ਮੌਲਵੀ ਸਾਹਿਬ ਨੇ ਕਿਹਾ ਜੀ ਕਿ ਜਿਸ ਬੰਦੇ ਜੰਨਤ ਤੇ ਜਾਣਾ ਹੈ ਉਹਨੇ ਪੁਲਸ ਰਾਤ ਤੋਂ ਗੁਜ਼ਰ ਕੇ ਜਾਣਾ ਹੈ ਔਰ ਪੁਲਸ ਰਾਤ ਵਾਲ ਤੋਂ ਜ਼ਿਆਦਾ ਬਰੀਕ ਔਰ ਤਲਵਾਰ ਤੋਂ ਜ਼ਿਆਦਾ ਤੇਜ਼ ਹੋਏਗਾ ਉਹ ਬੰਦਾ ਉੱਠਿਆ ਉਹਨੇ ਚਾਦਰ ਮੁੰਡੇ ਤੇ ਸੱਟੀ ਤੇ ਮਸਜਿਦ ਤੋਂ ਬਾਹਰ ਨਿਕਲਣ ਲੱਗਾ ਕਿਸੇ شریف ਆਦਮੀ ਬੰਦੇ ਪੁੱਛਿਆ ਉਹਨੂੰ ਕਿ ਭਲਿਆ ਬੰਦਿਆ ਕਿ ਇਹ ਤੇ ਨਮਾਜ਼ ਨਹੀਂ ਹੋਈ ਐ ਤੂੰ ਕਿਉਂ ਵਾਪਸ ਚੱਲਣਾ ਉਹਨੇ ਕਿਹਾ ਜੀ ਕਿ ਮੈਂ ਤੇ ਬੜਾ ਜ਼ਰੂਰੀ ਕੰਮ ਛੱਡ ਕੇ ਆਇਆ ਸੀ ਕਿ ਮੌਲਵੀ ਸਾਹਿਬ ਜੰਨਤ ਵਿੱਚ ਲੈ ਕੇ ਜਾਣਦੇ ਬਹਰਾਲ ਜਿਸ ਤਰ੍ਹਾਂ ਦੀਆਂ ਮੌਲਵੀ ਸਾਹਿਬ ਦੀਆਂ ਗੱਲਾਂ ਨੇ ਮਨ ਨੂੰ ਨਹੀਂ ਲੱਗਦਾ ਕਿ ਸਾਨੂੰ ਜੰਨਤ ਵਿੱਚ ਖੜਨ ਦੇ ਸੇਮ ਨਾਜ਼ਰੀਨ ਇਸ ਟਾਈਮ ਹਾਊਸਿੰਗ ਸੁਸਾਇਟੀਜ਼ ਵਿੱਚ ਵੀ ਐਸੇ ਤਰ੍ਹਾਂ ਦਾ ਮਾਡਲ ਚੱਲ ਰਿਹਾ ਕਿ ਜਿੰਨੇ ਵੀ ਹਾਊਸਿੰਗ ਪ੍ਰੋਜੈਕਟ ਨੇ ਉਹਨਾਂ ਲੋਕਾਂ ਵਾਸਤੇ ਇਤਨੀਆਂ ਕੁ ਸ਼ਰਤਾਂ ਰੱਖ ਦਿੱਤੀਆਂ ਨੇ ਕਿ ਲੋਕਾਂ ਨੂੰ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਪਲਾਟ ਮਿਲੇਗਾ ਕਿਉਂਕਿ ਅਗਰ ਇਸ ਟਾਈਮ ਵੇਖੋ ਤੁਸੀਂ ਤੇ ਪੂਰੀ ਮਾਰਕੀਟ ਵਿੱਚ ਸਭ ਤੋਂ ਵੱਡਾ ਮਸਲਾ ਪਲਾਟ ਦੀ ਡਿਲੀਵਰੀ ਦਾ ਹੈ ਕਿ ਜਿੰਨੇ ਹਾਊਸਿੰਗ ਪ੍ਰੋਜੈਕਟ 2017 ਵਿੱਚ 18 ਵਿੱਚ 16 ਇੰਚ ਸ਼ੁਰੂ ਹੋਏ ਨੇ ਉਹਨਾਂ ਨੇ ਤਿੰਨ ਸਾਲਾਂ ਦਾ ਚੌ ਸਾਲਾਂ ਦਾ ਵਾਅਦਾ ਕੀਤਾ ਸੀ ਕਿ ਜੇ ਅਸੀਂ ਤਿੰਨ ਚਾਰ ਸਾਲਾਂ ਵਿੱਚ ਅਸੀਂ ਡਿਲੀਵਰੀ ਦੇਵਾਂਗੇ ਸੇਮ ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਹੈ ਲਾਹੌਰ ਸਮਾਰਟ ਸਿਟੀ ਦੇ حوالے ਨਾਲ ਲਾਹੌਰ ਸਮਾਰਟ ਸਿਟੀ ਹੋਵੇ ਜਾਂ ਕੋਈ ਵੀ ਹੋਰ ਦੂਸਰਾ ਪ੍ਰੋਜੈਕਟ ਹੋਵੇ ਉਹਦੇ ਚ ਸਭ ਤੋਂ ਵੱਡਾ ਮਸਲਾ ਇਸ ਟਾਈਮ ਡਿਲੀਵਰੀ ਦਾ ਹੈ ਕਿ ਲੋਕ ਇਹ ਚਾਰੇ ਨੇ ਉਹਨਾਂ ਨੂੰ ਪਲਾਟ ਡਿਲੀਵਰ ਕੀਤੇ ਜਾਣ ਲੇਕਿਨ ਸੁਸਾਇਟੀ ਫਿਲਹਾਲ ਡਿਲੀਵਰ ਕਰਨੇ ਤੋਂ ਕਾਸਰ ਉਹਦੇ ਚ ਹਾਲਾਤ ਕੁਝ ਵੀ ਹੋਣ ਮੁਲਕ ਦੇ ਮੌਸ਼ੀ ਹਾਲਾਤ ਹੋਣੀਆਂ ਇਸ ਤੋਂ ਇਲਾਵਾ ਸਿਆਸੀ ਹਾਲਾਤ ਹੋਣ ਕੁਝ ਵੀ ਹਾਲਾਤ ਹੋਣ ਲੇਕਿਨ ਲੋਕਾਂ ਨੇ ਤੇ ਆਪਣੇ ਪੈਸੇ ਟਾਈਮ ਨਾਲ ਦਿੱਤੇ ਵੀ ਨੇ ਔਰ ਦੇ ਵੀ ਰਹੇ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜਲਦ ਅਜਲਦ ਪਲਾਟ ਲੱਭ ਜੇ ਜਿਸ ਸਮੇਂ ਪਲਾਟ ਵੇਚੇ ਗਏ ਸਨ ਉਸ ਟਾਈਮ ਸਾਡੇ ਜੇ ਤੁਹਾਡੇ ਜੇ ਬਹੁਤ ਸਾਰੇ ਜਿਹੜੇ شریف ਆਦਮੀ ਨੇ ਜਿਹੜੇ ਪ੍ਰਾਪਰਟੀ ਡੀਲਰ ਨੇ ਉਹਨਾਂ ਨੇ ਲੋਕਾਂ ਨੂੰ ਬੜੇ ਸੁਹਾਣੇ ਖਾਬ ਬੜੇ ਸਬਜ਼ ਬਾਗ ਵਹਾ ਕੇ ਉਹਨਾਂ ਨੇ ਕਿਹਾ ਸੀ ਕਿ ਜੀ ਇਹ ਸਾਡੇ 3.5 ਸਾਲਾਂ ਦਾ ਪੇਮੈਂਟ ਪਲਾਨ ਹੈ ਤੇ 3 ਸਾਲਾਂ ਵਿੱਚ ਤੁਹਾਨੂੰ ਇਹਦਾ ਕਬਜ਼ਾ ਲੱਭ ਜਾਏਗਾ ਲੇਕਿਨ ਲੋਕਾਂ ਨੂੰ ਨਾ ਹੀ ਤਾਂ ਜੰਨਤ ਲੱਭਦੀ ਇਹ ਪੀ ਤੇ ਨਾ ਹੀ ਉਹਨਾਂ ਨੂੰ ਉਹ ਪਲਾਟ ਲੱਭ ਦੇਣੇ ਪੇ ਲੋਕ ਇਸ ਵਕਤ ਅਦਮ ਇਤਮਾਦ ਦਾ ਵੀ ਸ਼ਿਕਾਰ ਨੇ ਔਰ ਲੋਕ ਸਾਡੇ ਨਾਲ ਜਦੋਂ ਵੀ ਕਾਲ ਤੇ ਰਾਬਤਾ ਕਰਦੇ ਨੇ ਜਾਂ ਕਮੈਂਟ ਸੈਕਸ਼ਨ ਵਿੱਚ ਉਹ ਕਰਦੇ ਨੇ ਤੇ ਉਹ ਸਾਨੂੰ ਇਹ ਕਹਿੰਦੇ ਨੇ ਕਿ ਜੀ ਤੁਸੀਂ ਤੇ ਕਿਹਾ ਸੀ ਕਿ ਇਤਨੇ ਟਾਈਮ ਵਿੱਚ ਪਲਾਟ ਮਿਲ ਜਾਣਗੇ ਲੇਕਿਨ ਅਜੇ ਤੱਕ ਨਹੀਂ ਲੱਭੇ ਨਾਜ਼ਰੀਨ ਇਸ ਟਾਈਮ ਸਭ ਤੋਂ ਵੱਡਾ ਮਸਲਾ ਜਿੰਨੇ ਵੀ ਹਾਊਸਿੰਗ ਪ੍ਰੋਜੈਕਟ ਨੇ ਚਾਹੇ ਉਹ ਰਾਵਲਪਿੰਡੀ ਦੇ ਪ੍ਰੋਜੈਕਟਸ ਨੇ ਚਾਹੇ ਉਹ ਖਾਰੀਆਂ ਚ ਨੇ ਚਾਹੇ ਉਹ ਲੋਰ ਰਿਚ ਨੇ ਜਿੱਥੇ ਵੀ ਪ੍ਰੋਜੈਕਟ ਨੇ ਇਸਲਾਮਾਬਾਦ ਵਿੱਚ ਨੇ ਸਭ ਤੋਂ ਵੱਡਾ ਮਸਲਾ ਇਸ ਟਾਈਮ ਡਿਲੀਵਰੀ ਦਾ ਬਣ ਚੁੱਕਿਆ ਹੈ ਯਾਨੀ ਉਹਨਾਂ ਪ੍ਰੋਜੈਕਟਸ ਨੇ ਉਹਨਾਂ ਦੇ ਮਾਲਕਾਂ ਨੇ ਇੰਤਜ਼ਾਮੀਆਂ ਨੇ ਲੋਕਾਂ ਨੂੰ ਕਿਹਾ ਸੀ ਕਿ ਜੀ ਅਸੀਂ ਤਿੰਨਾਂ ਸਾਲਾਂ 'ਚ ਤੁਹਾਨੂੰ ਪਲਾਟ ਦਾ ਕਬਜ਼ਾ ਦੇਾਂਗੇ ਅੱਜ ਅਗਰ ਤੁਸੀਂ ਵੇਖੋ ਤੇ ਉਹ ਜਿਹੜੀ ਕਬਜ਼ਾ ਦੇਣ ਦੀ ਰੇਸ਼ੋ ਹੈ ਜਾਂ ਸ਼ਰਾ ਹੈ ਉਹ ਇਤਨੀ ਘਾਟੇ ਕਿ ਲੋਕ ਜਿਹੜੇ ਨੇ ਉਹ ਇਸ ਟਾਈਮ ਪਰੇਸ਼ਾਨੀ ਦਾ ਸ਼ਿਕਾਰ ਨੇ ਦੂਸਰਾ ਜਿਹੜੀ ਉਹਦੇ ਵਿੱਚ ਸ਼ਰਾਇਤ ਰੱਖ ਦਿੱਤੀ ਜਾਂਦੀ ਏ ਮਿਸਾਲ ਦੇ ਤੌਰ ਤੇ ਤੁਸੀਂ ਇਹ ਵੇਖਿਆ ਨਿਊ ਮੈਟਰੋ ਸਿਟੀ ਗੁਜਰਖਾਨ ਨੇ ਡਿਵੈਲਪਮੈਂਟ ਚਾਰजेस ਇਤਨੇ ਜ਼ਿਆਦਾ ਲੋਕਾਂ ਤੇ ਪਾ ਦਿੱਤੇ ਕਿ ਲੋਕ ਉਸ وجہ ਤੋਂ ਵੀ ਪਰੇਸ਼ਾਨ ਨੇ ਕਿ ਜੀ ਇਤਨੇ ਡਿਵੈਲਪਮੈਂਟ ਚਾਰजेस ਕਿਸ ਤਰ੍ਹਾਂ ਦੇ ਹਨ ਤੇ ਉਹ ਗੱਲ ਜਿਹੜੀ ਮੈਂ ਰਿਲੇਟ ਕੀਤੀ ਏ ਜਿਹੜੀ ਦੱਸੀ ਏ ਜੰਨਤ ਜਾਣ ਵਾਸਤੇ ਵੀ ਕੰਮ ਜਿਹੜਾ ਨਾ ਮੁਸ਼ਕਲ ਏ ਔਰ ਇਸੇ ਤਰ੍ਹਾਂ ਜਿਹੜਾ ਪਲਾਟ ਦਾ ਕਬਜ਼ਾ ਲੈਣ ਵਾਲਾ ਕੰਮ ਏ ਉਹ ਵੀ ਇਸ ਟਾਈਮ ਲੋਕਾਂ ਨੂੰ ਮੁਸ਼ਕਲ ਲੱਗ ਰਿਹਾ ਹੈ ਤੇ ਲਿਹਾਜ਼ਾ ਜਿੰਨੇ ਮੌਲਵੀ ਨੇ ਜਿੰਨੇ ਸਾਡੀ ਤਰ੍ਹਾਂ ਦੇ ਲੋਕ ਨੇ ਜਿੰਨੇ ਸੋਸਾਇਟੀਜ਼ ਦੇ ਜਿੰਨੇ ਵੀ ਮੈਨੇਜਮੈਂਟ ਹੈ ਉਹਨਾਂ ਨੂੰ ਇਸ ਟਾਈਮ ਇਸ ਚੀਜ਼ ਦੀ ਜ਼ਰੂਰਤ ਹੈ ਕਿ ਲੋਕਾਂ ਦਾ ਇਤਮਾਦ ਬਹਾਲ ਰੱਖਣਾ ਹੈ ਤੇ ਉਹਨਾਂ ਨੂੰ ਤੁਸੀਂ ਕੋਈ ਆਸਾਨ ਰਸਤਾ ਵਹਾਓ ਜਿਹਦੇ ਤਹਿਤ ਉਹ ਆਪਣੇ ਪਲਾਟ ਦਾ ਕਬਜ਼ਾ ਹਾਸਲ ਕਰ ਸਕਣ ਅਗਰ ਤੁਸੀਂ ਲੱਖਾਂ ਪਲਾਟ ਵੇਚੇ ਨੇ ਜਾਂ ਹਜ਼ਾਰਾਂ ਪਲਾਟ ਵੇਚੇ ਨੇ ਤੇ ਕਮ ਅਜ਼ ਕਮ ਤੁਸੀਂ ਕੋਈ 2000 3000 ਬੰਦੇ ਨੂੰ ਉਹਨਾਂ ਦੇ ਪਲਾਟ ਦਾ ਕਬਜ਼ਾ ਦਿਓ ਤਾਂ ਕਿ ਜਿਹੜੇ ਬਾਕੀ ਨੇ ਜਿਹੜੇ ਪਿੱਛੇ ਲਾਈਨ ਹੀ ਚਾਹੀਏ ਲੱਗੇ ਨੇ ਉਹਨਾਂ ਨੂੰ ਇਹ ਗੱਲ ਮਹਿਸੂਸ ਹੋਵੇ ਕਿ ਜੀ ਸਾਡੇ ਤੋਂ ਪਹਿਲਾਂ ਨੂੰ ਲਭ ਗਿਆ ਸਾਨੂੰ ਵੀ ਲਭ ਜੇਗਾ ਤੇ ਲਿਹਾਜ਼ਾ ਮੇਰੀ ਪਰਜ਼ੋਰ ਇਹ ਦਰਹਾਸ ਤੇ तमाम ਡਿਵੈਲਪਰਸ ਤੋਂ तमाम ਸੋਸਾਇਟੀਜ਼ ਦੀ ਮੈਨੇਜਮੈਂਟ ਤੋਂ ਕਿ ਖੁਦਾਰਾ ਇਸ ਟਾਈਮ ਲੋਕਾਂ ਦੀ ਜਿਸ ਤਰ੍ਹਾਂ ਅਗਰ ਤੁਸੀਂ ਇਹ ਸਮਝਦੇ ਹੋ ਨਾ ਕਿ ਜੀ ਮਾਸ਼ੀ ਹਾਲਾਤ ਪੂਰੇ ਪਾਕਿਸਤਾਨ ਦੇ ਅੱਛੇ ਨਹੀਂ ਤੇ ਜ਼ਾਹਰੀ ਗੱਲ ਹੈ ਉਹ ਵੀ ਲੋਕ ਤੇ ਪਾਕਿਸਤਾਨ ਦੇ ਬਿਸ਼ਿੰਦੇ ਨੇ ਉਹਨਾਂ ਦੀ ਹਾਲਤ ਤੇ ਕੋਈ ਰਹਿਮ ਖਾਓ ਸਾਡੀ ਜਿਹੜੀ ਕਮਿਟਮੈਂਟਸ ਅਸੀਂ ਲੋਕਾਂ ਨਾਲ ਤੁਹਾਡੇ ਕਹਿਣ ਦੀ ਵਜ੍ਹਾ ਤੋਂ ਕੀਤੀਆਂ ਨੇ ਉਹਦੇ ਤੇ ਕੋਈ ਖਿਆਲ ਕਰੋ ਔਰ ਮਿਹਰਬਾਨੀ ਕਰਕੇ ਲੋਕਾਂ ਨੂੰ ਪਲਾਟ ਡਿਲੀਵਰ ਕਰੋ ਕਿਉਂਕਿ ਉਹ ਕੰਮ ਨਾ ਹੋਵੇ ਕਿ ਲੋਕ ਜਿਹੜੇ ਨੇ ਇਤਨੇ ਵੱਧ ਇਤਮਾਦ ਹੋ ਜਾਣ ਕਿ ਕੱਲ ਨੂੰ ਅਸੀਂ ਗੱਲ ਦਸੀ ਔਰ ਸਾਡੀ ਗੱਲ ਤੇ ਇਤਮਾਦ ਹੀ ਨਾ ਕਰਨ ਅਲhamdulillah ਲਾਹੌਰ ਸਮਾਰਟ ਸਿਟੀ ਇੱਕ ਬਹੁਤ ਅੱਛਾ ਪ੍ਰੋਜੈਕਟ ਹੈ ਇਸ ਤੋਂ ਇਲਾਵਾ ਵੀ ਜਿੰਨੇ ਵੀ ਹਾਊਸਿੰਗ ਪ੍ਰੋਜੈਕਟ ਨੇ ਕਿਉਂਕਿ ਐਸ ਟਾਈਮ ਹਾਊਸਿੰਗ ਸੈਕਟਰ ਵਿੱਚ ਮਸਲਾ ਜਿਸ ਤਰ੍ਹਾਂ ਪਹਿਲੇ ਕਿਸੇ ਜ਼ਮਾਨੇ ਚ ਹੁੰਦਾ ਸੀ ਕਿ ਜੀ ਸੋਸਾਇਟੀ ਨੇ ਪੈਸੇ ਇਕੱਠੇ ਕੀਤੇ ਸੋਸਾਇਟੀ ਖਤਮ ਹੋ ਗਈ ਬੰਦ ਹੋ ਗਈ ਦੌੜ ਗਈ ਹੁਣ ਆਮ ਤੌਰ ਤੇ ਇਸ ਤਰ੍ਹਾਂ ਦਾ ਮਸਲਾ ਨਹੀਂ ਹੁੰਦਾ ਮਸਲਾ ਹੁਣ ਅੱਜ ਕੱਲ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਉਹ ਲੇਟ ਡਿਲੀਵਰੀ ਦਾ ਮਸਲਾ ਹੈ ਲੋਕਾਂ ਨੇ ਆਪਣੇ ਜ਼ਾਹਰੀ ਗੱਲ ਹੈ ਕਿ ਅਗਰ ਕਿਸੇ ਨੇ ਘਰ ਬਣਾਉਣ ਵਾਸਤੇ ਪਲਾਟ ਲਿਆ ਹੈ ਤੇ ਉਹਨੂੰ ਪਤਾ ਹੈ ਕਿ ਜੀ ਕੰਸਟਰਕਸ਼ਨ ਮਟੀਰੀਅਲ ਜਿੰਨਾ ਵੀ ਹੈ ਉਹਦੀ ਕਾਸਟ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਲੋਕ ਚਾਹ ਰਹੇ ਨੇ ਕਿ ਜੀ ਉਹਨਾਂ ਨੂੰ ਪਲਾਟ ਦਾ ਕਬਜ਼ਾ ਲੱਭੇ ਉਹ ਆਪਣਾ ਘਰ ਸ਼ੁਰੂ ਕਰਨ ਆਪਣਾ ਮਕਾਨ ਸ਼ੁਰੂ ਕਰਨ ਆਪਣਾ ਪਲਾਜ਼ਾ ਸ਼ੁਰੂ ਕਰਨ ਤੇ ਲਿਆਜ਼ਾ ਮੇਰੀ ਇੱਕ ਦਫਾ ਫਿਰ ਦਰਖਾਸਤ ਹੈ ਤਮਾਮ ਇੰਤਜ਼ਾਮੀਆਂ ਤਮਾਮ ਸੁਸਾਇਟੀਆਂ ਦੇ ਇੰਤਜ਼ਾਮੀਆਂ ਤੋਂ ਕਿ ਖੁਦਾਰਾ ਥੋੜਾ ਜਿਹਾ ਲੋਕਾਂ ਦੇ ਹਾਲ ਤੇ ਰਹਿਮ ਖਾਓ ਔਰ ਲੋਕਾਂ ਨੂੰ ਜਿਹੜਾ ਤੁਸੀਂ ਪੋਜੀਸ਼ਨ ਦਿਓ ਤਾਂ ਕਿ ਤੁਹਾਡੀ ਵੀ ਗੱਲ ਰਹੀ ਰਵੇ ਸਾਡੀ ਵੀ ਰਹੀ ਰਵੇ ਔਰ ਲੋਕ ਵੀ ਪੂਰੇ ਤਮਾਦ ਰਵਣ ਤਾਂ ਕਿ ਕੱਲ ਨੂੰ ਅਗਰ ਅਸੀਂ ਜਾਂ ਤੁਸੀਂ ਉਹਨਾਂ ਨੂੰ ਕਹੀਏ ਕਿ ਜੀ ਅਸੀਂ ਫਲਾਣੀ ਜਗ੍ਹਾ ਨਵਾਂ ਪ੍ਰੋਜੈਕਟ ਬਣਾ ਰਹੇ ਹਾਂ ਤੇ ਲੋਕ ਕਮ ਸੇ ਕਮ ਸਾਡੇ ਪਿੱਛੇ ਪਿੱਛੇ ਆਣ ਸਾਡੇ ਤੇ ਤਮਾਦ ਕਰਨ ਮੈਂ ਉਮੀਦ ਕਰਨਾ ਕਿ ਮੇਰਾ ਇਹ ਜਿੰਨਾ ਪੁਆਇੰਟ ਹੈ ਇਹ ਤਮਾਮ ਲੋਕਾਂ ਦੇ ਖਿਆਲات ਦੀ ਇਕਾਸੀ ਕਰੇ ਦਾ ਔਰ तमाम ਲੋਕਾਂ ਦਾ ਵੀ ਇਹੀ ਕਨਸਰਨ ਹੈ ਔਰ ਅਗਰ ਸੁਸਾਇਟੀ ਮਾਲਕਾਂ ਦੇ ਚੂ ਜਾਂ ਡਿਵੈਲਪਰ ਦੇ ਚੂ ਮੈਨੇਜਮੈਂਟ ਦੇ ਚੂ ਕੋਈ ਬੰਦਾ ਇਹ ਸੁਣਦਾ ਪਿਆ ਵੀਡੀਓ ਤੇ ਉਹ ਦੇ ਅੱਗੇ ਹੱਥ ਜੋੜ ਕੇ ਅਪੀਲ ਹੈ ਕਿ ਜੀ ਲੋਕਾਂ ਨੂੰ ਫਿਲਫੋਰ ਉਹਨਾਂ ਦੇ ਪਲਾਟਸ ਡਿਲੀਵਰ ਕੀਤੇ ਜਾਣ ਅੱਜ ਤੱਕ ਦੀ ਵੀਡੀਓ ਵਾਸਤੇ ਇਤਨਾ ਹੀ ਇਨਸ਼ਾਅੱਲਾ ਆਉਣ ਵਾਲੀ ਵੀਡੀਓ ਦੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਫੀ ਮਾਨਲ